ਉਹ ਦੇਖੀ ਕਿਵੇਂ ਬੋਰਲਡ ਜਿਹਾ ਚੱਕੀ ਖੜਾ। ਉਹ ਯਾਰ ਕੀ ਦੱਸਾਂ, ਆ ਹੁਣ ਅਜੇ ਇਹਨੂੰ ਕੰਮ ਕਰਾਇਆ ਤਾਂ ਇਹਦਾ, ਆ ਫਿਰ ਖਰਾਬ ਹੋਇਆ ਖੜਾ। ਓਏ ਦੁਨੀਆ ਬੜੀ ਤਰੱਕੀ ਕਰ ਗਈ, ਕਦ ਤੱਕ ਪੁਰਾਣੇ ਨਾਲ ਮੱਥਾ ਮਾਰੇਗਾ। ਮੇਰੀ ਮਨ ਟਰੈਕਟਰ ਲਿਆ ਨਵਾਂ ਜੌਂਡੀਅਰ। ਟਰੈਕਟਰ ਕਾਹਦਾ? ਕਾਰ ਆ ਕਾਰ। ਨਾਲੇ ਤੈਨੂੰ ਲੋਕ ਕਹਿਣਗੇ ਮਹਿੰਦਰ ਸਿੰਘ ਜੌਂਡੀਅਰ ਵਾਲੇ। ਯਾਰ ਲੈਣ ਤਾਂ ਮੇਰਾ ਵੀ ਜੀ ਕਰਦਾ, ਪਰ ਬੜਾ ਭਾਈ ਨਹੀਂ ਮੰਨਦਾ। ਤਾਂ ਤੂੰ ਲੈਣੇ ਦਾ ਨਾਲ ਗੱਲ ਕਰ, ਬੜਾ ਕਿਹੜਾ ਬਹਾਈ ਕਰਦਾ, ਬਹਾਈ ਤਾਂ ਸਾਰੀ ਤੂੰ ਕਰਦਾ, ਪਰ ਮੇਰੀ ਗੱਲ ਦਾ ਗੁੱਸਾ ਨਾ ਕਰੀ। ਲਾਣੇਦਾਰ ਭਾਵੇਂ ਤੇਰਾ ਬਾਪੂ ਆ, ਪਰ ਲਾਣੇਦਾਰੀ ਕਰਦਾ ਤੇਰਾ ਵੱਡਾ ਭਰਾ ਹੈ। ਉਹ ਤੇਰੇ ਬਾਰੇ ਬਾਹਲਾ ਵਧੀਆ ਨਹੀਂ ਸੋਚਦਾ। ਤੂੰ ਵੀ ਮੇਰੀ ਗੱਲ ਕਹੀ ਤਾਂ ਗੁੱਸਾ ਬਣਾ ਕਰੀ। ਤੁਹਾਡੀ ਭਰਾਵਾਂ ਦੀ ਗੱਲ ਆ, ਮੈਨੂੰ ਤਾਂ ਜੋ ਚੱਚੀ ਮੈਂ ਕਹਿਤੀ। ਹੁਣ ਦੁਨੀਆ ਤਰੱਕੀ ਬਹੁਤ ਕਰੀ ਜਾਂਦੀ ਆ, ਮੈਂ ਚੱਲਦਾ। ਬਾਪੂ ਮੈਂ ਨੀ ਪੁਰਾਣੇ ਟਰੈਕਟਰ ਨਾਲ ਮੱਥਾ ਮਾਰਨਾ, ਮੈਂ ਤਾਂ ਨਵਾਂ ਜੌਂਡੀਅਰ ਲੈਣਾ। ਦੇਖੋ ਤਾਂ ਆਪਾਂ ਨੂੰ ਪੁਰਾਣਾ ਕੀ ਕਹਿੰਦਾ ਟਰੈਕਟਰ, ਹੈਂ? ਆਪਣੇ ਕੋਲ ਬਹੁਤੀ ਪੈਲੀ ਨਹੀਂ ਹੈਗੀ, ਜੇ ਉਹ ਚ ਕੋਈ ਨੁਕਸ ਹੈ ਉਹਨੂੰ ਠੀਕ ਕਰਾਂ। ਬਾਪੂ ਟਰੈਕਟਰ ਬਹੁਤਾ ਪੁਰਾਣਾ ਹੋ ਗਿਆ, ਮੇਤੋਂ ਨੀ ਬੁੜੇ ਟਰੈਕਟਰ ਨਾਲ ਮੱਥਾ ਵੱਜਦਾ। ਹਰੇਕ ਘਰ ਚ ਨਵਾਂ ਟਰੈਕਟਰ ਆ ਗਿਆ, ਆਪਾਂ ਆ ਬੁੜੇ ਟਰੈਕਟਰ ਨਾਲ ਮੱਥਾ ਮਾਰੀ ਜਾਂਦੇ ਆ। ਮੈਂ ਇਹ ਬੁੜਾ ਹੋ ਗਿਆ, ਮੇਰੇ ਨਾਲ ਵੀ ਨਾ ਮੱਥਾ ਮਾਰ। ਲੋਹਾ ਵੀ ਕਦੇ ਪੁਰਾਣਾ ਹੋਇਆ? ਬਹੁਤਾ ਸਿਆਣਾ ਨਾ ਬਣ, ਆਪਣੇ ਬੜੇ ਭਰਾ ਨਾਲ ਜਾ ਕੇ ਸਲਾਹ ਕਰ ਲੈ। ਉਹ ਮੈਂ ਨੀ ਕਿਸੇ ਨਾਲ ਸਲਾਹ ਸਲੂਹ ਕਰਨੀ, ਅੱਧ ਦਾ ਮਾਲਕ ਆ ਮੈਂ ਵੀ। ਮੈਂ ਅੱਜ ਆੜਤੀਆਂ ਤੋਂ ਪੈਸੇ ਲੈ ਕੇ ਨਵਾਂ ਟਰੈਕਟਰ ਕਢਾ ਕੇ ਲੈ ਕੇ ਆਉਣਾ। ਯਾਰ ਹੱਦ ਹੋ ਗਈ, ਇਹਦੀ ਬੁੱਧੀ ਨੂੰ ਅੱਜ ਕੀ ਹੋ ਗਿਆ? ਬਾਈ ਵਧਾਈਆਂ ਤੈਨੂੰ। ਕਾਹਦੀਆਂ? ਉਹ ਤੇਰੇ ਚਾਚੇ ਦਾ ਮੁੰਡਾ ਨਵਾਂ ਟਰੈਕਟਰ ਲਿਆਇਆ, ਉਹ ਵੀ ਜੌਂਡੀਅਰ। ਅੱਛਾ ਚੱਲ ਬੈਠ, ਤੈਨੂੰ ਪੈਗ ਲਵਾਉਣਾ। ਆ ਜਾ ਬਾਈ। ਆ ਤਾਂ ਦਿਲ ਖੁਸ਼ ਕਰਤਾ, ਆ ਲੈ ਫੜ, ਰਮ ਪੀ ਰਮ। ਉਹ ਪਾਈ ਉਹਨੂੰ ਮੈਂ ਇੰਨੇ ਪੰਪ ਮਾਰੇ, ਉਹਨੇ ਉਨਾ ਚਿਰ ਘਰੇ ਕਲੇਸ਼ ਪਾਈ ਰੱਖਿਆ ਜਿੰਨਾ ਚਿਰ ਨਵਾਂ ਟਰੈਕਟਰ ਨਹੀਂ ਲੈ ਕੇ ਆਇਆ। ਸ਼ਾਬਾਸ਼, ਤੂੰ ਪਹਿਲੀ ਵਾਰ ਕੋਈ ਚੱਜ ਦੇ ਕੰਮ ਕੀਤਾ, ਆ ਲੈ ਇਸੇ ਖੁਸ਼ੀ ਚ ਪੈਗ ਲਾ। ਬਾਈ ਇੱਕ ਗੱਲ ਨੀ ਸਮਝ ਆਈ, ਤੇਰੇ ਸ਼ਰੀਕ ਨਵਾਂ ਟਰੈਕਟਰ ਲੈ ਕੇ ਆਏ ਨੇ, ਤੂੰ ਖੁਸ਼ ਆ? ਖੁਸ਼ੀ ਵਾਲੀ ਉਹ ਗੱਲ ਆ, ਤੂੰ ਚਲਾਕ ਬਹੁਤ ਆ ਪਰ ਦੂਰ ਅੰਦੇਸ਼ੀ ਨੀ ਹੈਗਾ। ਮੈਂ ਸਮਝਿਆ। ਸਾਡੇ ਨਾਲੋਂ ਤੀਜਾ ਹਿੱਸਾ ਸੀ ਜ਼ਮੀਨ ਦਾ ਮਿੰਦਰ ਸਿੰਘ ਦੇ ਪਿਓ ਨੂੰ, ਤੇ ਇੱਕ ਰੁਪਿਆ ਵੀ ਕਰਜ਼ਾ ਨਹੀਂ ਸੀ ਕਿਉਂਕਿ ਇਹ ਸਾਰਾ ਟੱਬਰ ਮਿਹਨਤੀ ਬਹੁਤ ਸੀ, ਤੇ ਸਾਡੇ ਵਾਲਾ ਟੱਬਰ ਸਾਲਾ ਫੁਕਰਾ, ਤੇ ਆਪਣੇ ਸ਼ੌਂਕ ਕਰਜ਼ੇ ਚੱਕ ਚੱਕ ਪੂਰੇ ਕਰਦੇ ਸੀ ਅਸੀਂ। ਹੱਡ ਤੋੜ ਮਿਹਨਤ ਕਰਦਾ ਸੀ ਸਾਰਾ ਟੱਬਰ, ਤਾਂ ਜ਼ਮੀਨਾਂ ਬਣੀਆਂ ਨੇ। ਅੱਜ ਪਹਿਲੀ ਵਾਰ ਕਰਜ਼ਾ ਚੁੱਕ ਕੇ ਟਰੈਕਟਰ ਲਿਆ ਇਹਨਾਂ ਨੇ। ਮੈਂ ਸ਼ਰੀਕ ਹੋ ਕੇ ਚਾਹੁੰਦਾ ਕਿ ਇਹਨਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਹੋਣ, ਕੋਠੀਆਂ 'ਚ ਮਹਿੰਗੀਆਂ ਮਹਿੰਗੀਆਂ ਕਾਰਾਂ ਖੜੀਆਂ ਹੋਣ। ਨਾ ਕਦੇ ਸ਼ਰੀਕ ਚਾਹੁੰਦਾ ਕਿ ਸ਼ਰੀਕਾਂ ਦੇ ਕੋਲ ਮਹਿੰਗੀਆਂ ਕਾਰਾਂ ਹੋਣ, ਪਰ ਮੈਂ ਚਾਹੁੰਦਾ, ਪਤਾ ਕਿਉਂ? ਸਾਡੇ ਸ਼ਰੀਕਾਂ ਦੀ ਅਸਲ ਤਾਕਤ ਆ ਮਿਹਨਤ, ਤੇ ਮੈਂ ਚਾਹੁੰਦਾ ਕਿ ਇਹਨਾਂ ਦੇ ਘਰਾਂ 'ਚ ਵੱਡੀਆਂ ਵੱਡੀਆਂ ਗੱਡੀਆਂ ਹੋਣ, ਫੁਕਰ ਕਰਦੀ ਕਰਨ,
ਤਾਂ ਹੀ ਤਾਂ ਕਰਜਾਈ ਹੋਣਗੇ, ਤਾਂ ਹੀ ਇਹਨਾਂ ਦੀਆਂ ਜ਼ਮੀਨਾਂ ਵਿਕਣਗੀਆਂ, ਤੇ ਤਾਂ ਹੀ ਭਾਈ ਨਾਲੋਂ ਭਾਈ ਅੱਡ ਹੋਊਗਾ। ਫਿਰ ਆਊ ਮੈਨੂੰ ਸਵਾਦ। ਪਰ ਮਾਲਕੋ ਹੁਣ ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਸ਼ਰੀਕ ਵੀ ਹੁਣ ਤੁਹਾਡੇ ਪੈਰ 'ਚ ਪੈਰ ਭਰਨ ਲੱਗ ਗਏ। ਆਹੀ ਤਾਂ ਅੱਜ ਮੈਂ ਬਹੁਤ ਖੁਸ਼ ਹਾਂ। ਹੁਣ ਤੂੰ ਬਸ ਮਿੰਦਰ ਨੂੰ ਨਾ ਕਾਰ ਲਈ ਤੇ ਕੋਠੀ ਪਾਉਣ ਲਈ ਸੋਹਣਾ, ਸਮਝ ਗਿਆ ਨਾ।